ਧੰਨਵਾਦੀ ਹਾਂ ਮਾਨਯੋਗ SSP ਸਾਹਿਬ ਦਾ ਅਤੇ ਸਰਦਾਰ ਗੁਰਮੀਤ ਸਿੰਘ SHO ਇੰਸਪੈਕਟਰ ਜਿਹੜੇ ਇੱਥੇ ਲੱਗੇ ਨੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ, ਉਹ ਗਏ ਬਗਾਏ ਅੱਜ 5-6 ਦਿਨ ਪਹਿਲਾਂ ਵੀ ਉਹ ਲਿਆਏ ਸੀ ਪੰਜ ਮੁੰਡੇ, ਅੱਜ ਵੀ 6 ਮੁੰਡੇ ਲੈ ਕੇ ਆਏ ਨੇ ਇੱਥੇ ਜਿਹੜੇ ਕਿ ਨਸ਼ੇ ਦੇ ਦਲਦਲ ਵਿੱਚ ਫਸੇ ਸੀਗੇ, ਉਹਨਾਂ ਦਾ ਨਸ਼ਾ ਛੁਡਾਉਣ ਵਾਸਤੇ ਬੜਾ ਸ਼ਲਾਘਾਯੋਗ ਕਦਮ ਹੈ। ਇਹਨੂੰ ਸਾਰੀ ਸੁਸਾਇਟੀ ਐਪਰੀਸ਼ੀਏਟ ਕਰੇਗੀ ਵੀ ਇਹਨਾਂ ਨੇ ਬੱਚਿਆਂ ਨੂੰ ਜਿਹੜੇ ਦਲਦਲ ਵਿੱਚ ਫਸੇ ਉਹਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਅੱਗੇ ਪੁਲਿਸ ਕੀ ਕਰਦੀ ਸੀਗੀ ਐਂਡੀ? ਹਾਂਜੀ ਸਰ, ਮੈਂ ਦੇਖੋ ਜੀ ਚਿੱਟੇ ਦੀ ਲੱਤ ਲੱਗੀ ਸੀ ਜੀ, ਨਸ਼ਾ ਕਰਦੇ ਆਪਾਂ, ਅਤੇ 5-6 ਸਾਲ ਹੋ ਗਏ ਸਰ ਨਸ਼ਾ ਕਰਦੇ ਹਾਂ। ਇੱਕ ਦਿਨ SHO ਸਾਹਿਬ ਜਾ ਰਹੇ ਸੀ ਅਤੇ ਅਸੀਂ ਆਪਣੇ ਈ ਰਿਕਸ਼ਾ ਚਲਾਈਦਾ ਸ਼ਹਿਰ ਗੁਰਦਾਸਪੁਰ 'ਚ, ਅਤੇ ਸਾਨੂੰ ਕਰਦਿਆਂ ਦੇਖਿਆ SHO ਸਾਹਿਬ ਨੇ ਅਤੇ ਸਾਨੂੰ ਖੜਿਆ ਅਤੇ ਘਰਦਿਆਂ ਦੇ ਘਰ ਖੜਿਆ ਸਾਡੇ, ਅਤੇ ਤੁਹਾਡੇ ਬੱਚੇ ਇਹ ਗਲਤ ਕੰਮ ਕਰ ਰਹੇ ਆ, ਦੱਸੋ ਕੀ ਕੀਤਾ ਜਾ ਇਹਨਾਂ ਦਾ। ਉਹਨਾਂ ਦੇ ਸਾਡੇ ਘਰਦਿਆਂ ਦੀ ਸਹਿਮਤੀ ਨਾਲ ਕਿ ਇਹਨਾਂ ਦੀ ਨਸ਼ਾ ਛਡਾ, ਸਾਡੇ ਘਰਦਿਆਂ ਦੀ ਸਹਿਮਤੀ ਦੇ ਨਾਲ ਸਾਨੂੰ ਇੱਥੇ ਲਿਆਇਆ ਕਿ ਨਸ਼ਾ ਤੁਹਾਡੇ ਛਡਾਇਆ ਜਾਏਗਾ ਬੱਚਿਆਂ ਦਾ, ਅਤੇ ਤੁਹਾਡੇ ਬੱਚਿਆਂ ਨਾਲ ਵੀ ਜ਼ਿੰਦਗੀ ਮਿਲੇਗੀ। ਅਤੇ ਸਾਡੇ ਘਰਦਿਆਂ ਨੇ ਬਿਲਕੁਲ ਸਹਿਮਤ ਹੋ ਕੇ ਕਿ ਸਾਡੇ ਬੱਚੇ ਨਸ਼ੇ ਸੁਧਰ ਜਾਣ, SHO ਸਾਹਿਬ ਨੇ ਮੌਕਾ ਦਿੱਤਾ ਸਾਨੂੰ ਜ਼ਿੰਦਗੀ ਸ਼ੁਰੂ ਕਰਨ ਦਾ ਜੀ, ਬਹੁਤ ਵਧੀਆ SHO ਸਾਹਿਬ ਨੇ, ਇਹ ਸੈਂਟਰ ਬਹੁਤ ਵਧੀਆ, ਇੱਥੇ ਕਈ ਬੰਦੇ ਨਸ਼ਾ ਛੱਡ ਸਕਦੇ ਨੇ। ਅਸੀਂ ਹੋਰ ਵੀ ਆਪਣੇ ਮਿੱਤਰਾਂ ਨੂੰ ਅਪੀਲ, ਸਾਡੇ ਮਾਨਯੋਗ SSP ਸ੍ਰੀ ਹਰੀਸ਼ ਦੇਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜੋ ਨਸ਼ਾ ਛਡਾਊ ਮੁਹਿੰਮ ਚੱਲ ਰਹੀ ਹੈ ਮਿਸ਼ਨ ਨਿਸ਼ਚੇ ਦੇ ਤਹਿਤ, ਅਸੀਂ ਇੱਥੇ ਜਿਹੜੇ ਨੇ ਅਵੇਅਰਨੈਸ ਅਤੇ 6 ਜਿਹੜੇ ਨਸ਼ਾ ਕਰਦੇ ਸੀਗੇ ਬੱਚੇ ਉਹਨਾਂ ਨੂੰ ਦਾਖਲ ਕਰਾ ਚੁੱਕੇ ਹਾਂ, ਅਤੇ ਜਿਸ ਕਰਕੇ ਉਹਨਾਂ ਨੂੰ ਇੱਥੇ ਨਸ਼ਾ ਛਡਾਇਆ ਜਾ ਕੇ ਜਾ ਸਕੇ ਅਤੇ ਉਹ ਆਪਣੀ ਜਿਹੜੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨਸ਼ਾ ਛੱਡ ਕੇ ਕਰ ਸਕਣ ਜੀ। ਕੁਛ ਤਾਂ ਇੱਕ ਵੀਡੀਓ ਵਾਇਰਲ ਹੋਈ ਸੀ ਉਸ ਦੇ ਰਿਗਾਰਡਿੰਗ ਕਰਾਏ ਸੀ, ਅਤੇ ਕੁਛ ਅਸੀਂ ਪਰਿਵਾਰਾਂ ਦੇ ਵਿੱਚ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮੋਟੀਵੇਟ ਕੀਤਾ ਵੀ ਜੇ ਤੁਸੀਂ ਇਹਨਾਂ ਨੂੰ ਨਸ਼ਾ ਛਡਾਓਗੇ ਤਾਂ ਹੀ ਇਹ ਇੱਕ ਜੀਵਨ ਚੰਗਾ ਬਤੀਤ ਕਰ ਸਕਣਗੇ ਅਤੇ ਆਪਣੇ ਬੱਚਿਆਂ ਨੂੰ ਅਤੇ ਪਰਿਵਾਰ ਨੂੰ ਪਾਲ ਸਕਣਗੇ। ਉਹਨਾਂ ਨੂੰ ਮੋਟੀਵੇਟ ਕਰਕੇ ਅਤੇ ਉਹਨਾਂ ਨੂੰ ਨਾਲ ਲੈ ਕੇ ਅਤੇ ਪਿੰਡ ਦੀ ਪੰਚਾਇਤ ਦਾ ਸਹਿਯੋਗ